ਲਓ ਜੀ, ਅਸੀਂ ਹੁਣ ਨੀਲਾ ਭਵਨ ਤੋਂ ਨਿਕਲ ਚੁੱਕੇ ਹਾਂ, ਰਵਾਨਾ ਹੋ ਚੁੱਕੇ ਹਾਂ। ਚਲੋ ਜੀ, ਸਰ ਲੈਫਟ ਮੁੜਨਾ ਸੀ ਆਪਣੇ, ਉਰੋਂ ਇੱਧਰ ਮੋੜ ਲਿਓ, ਉਰੋਂ ਮੋੜ ਲਓ, ਇੱਧਰ ਨੂੰ ਮੋੜ ਲਓ। ਨਾ ਨਾ ਜਾਣਾ ਇੱਧਰ, ਆਪਾਂ ਇੱਧਰ ਲੋਕੇਸ਼ਨ ਦੱਸ ਰਹੇ। ਤੁਸੀਂ ਗਏ ਹੋ ਪਹਿਲਾਂ ਉੱਥੇ, ਜਾ ਕੇ ਆਓ ਤੁਸੀਂ, ਫਿਰ ਲੋਕੇਸ਼ਨ ਆਉਣ ਦੀ ਲੋੜ ਹੈ। ਅੱਛਾ, ਇਹ ਆਪਾਂ ਪਹੁੰਚ ਚੁੱਕੇ ਹਾਂ ਗੋਪਾਲ ਸਪੀਡਸ ਲਵੇ, ਆਹ ਦੇਖ ਸਕਦੇ ਹੋ ਨੀਲਾ ਭਵਨ, ਨੀਲਾ ਭਵਨ ਗੋਪਾਲ ਸਪੀਡਸ ਐਂਡ ਕਿਵੇਂ ਝੰਡਾ ਦਿਖਾ ਦੇ। ਹਾਂ ਹਾਂ ਝੰਡਾ ਦਿਖਾ ਰਹੇ ਹਾਂ, ਇਹ ਆਪਣਾ ਝੰਡਾ ਕਿਸਾਨ ਯੂਨੀਅਨ ਵਾਲਾ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਇਹ ਆਪਾਂ ਜਾ ਰਹੇ ਹਾਂ ਹੁਣ ਬਫਾਰਾ ਚੌਂਕ ਵੱਲ ਨੂੰ, ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਬਹੁਤ ਜ਼ਿਆਦਾ ਹੋ ਰਹੀ ਆ, ਰਸ਼ ਕਾਫੀ ਜ਼ਿਆਦਾ ਹੁੰਦਾ ਸਵੇਰੇ ਸਵੇਰੇ। ਉਮੀਦ ਕਰਦਾ ਵੀ ਤੁਹਾਨੂੰ ਸਾਡੀ ਇਹ ਵੀਡੀਓ ਦਾ ਰਸਤਾ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਰਿਹਾ ਹੋਊਗਾ। ਮੰਨਾਪੁਰ ਦੀ ਮੇਨ ਬ੍ਰਾਂਚ ਆ ਗਈ ਸਰ, ਦੇਖ ਸਕਦੇ ਹੋ ਮੰਨਾਪੁਰ ਦੀ ਮੇਨ ਬ੍ਰਾਂਚ। ਇਹ ਸਿੱਧਾ ਹੀ ਰਸਤਾ ਆਪਣਾ ਬਫਾਰਾ ਚੌਂਕ ਨੂੰ ਜਾ ਰਿਹਾ ਰੋਡ, ਇਹ ਕਾਲੀ ਮਾਤਾ ਦੇ ਮੰਦਰ ਵੱਲ ਨੂੰ, ਅਤੇ ਜਿਹੜਾ ਸੱਜੇ ਪਾਸੇ ਨੂੰ ਰਸਤਾ ਤੁਸੀਂ ਦੇਖ ਸਕਦੇ ਹੋ, ਇਹ ਜਾ ਰਿਹਾ ਆਪਣਾ ਰਾਜੇ ਦੇ ਮਹਿਲ ਵੱਲ ਨੂੰ, ਕੈਪਟਨ ਅਮਰਿੰਦਰ ਸਿੰਘ ਦੇ, ਇਹ ਬਖਾਰਾ ਚੌਂਕ ਆ ਗਿਆ ਆਪਣਾ, ਇਹ ਸਿੱਧਾ ਹੀ ਜਾ ਰਿਹਾ ਆਪਣਾ ਮਹਿੰਦਰਾ ਕਾਲਜ ਵੱਲ ਨੂੰ, ਜਾਣੀ ਕਿ ਆਪਣਾ ਏ ਸੀ ਮਾਰਕੀਟ ਵੱਲ ਨੂੰ ਜਾ ਰਿਹਾ ਹੀ ਰਸਤਾ ਇਹ। ਸੰਡੇ ਸੇਲ ਲੱਗਦੀ ਆ, ਇਹ ਦੇਖ ਸਕਦੇ ਹੋ ਤੁਸੀਂ ਆ, ਤੁਸੀਂ ਜੇ ਤੁਸੀਂ ਗਏ ਹੋਏ ਉੱਥੇ ਯਾਦ ਹੋਊ ਤੁਹਾਡੇ, ਉਹਦਾ ਦੂਰ ਦੀ ਗਏ ਸੀਗੇ, ਤੁਸੀਂ ਆਪਦੇ ਮੁਤਾਬਕ ਚਲੇ ਜਾਓ ਨਾ। ਇੱਕ ਰਸਤਾ ਇੱਧਰੋਂ ਮੁੜਦਾ, ਇਹ ਆਪਣਾ ਪੋਲੋ ਗਰਾਊਂਡ ਆ ਗਿਆ ਜੀ, ਇਹ ਦੇਖੋ ਸਾਰੇ, ਇਹ ਆਪਣਾ ਪੋਲੋ ਗਰਾਊਂਡ ਦੇ ਉੱਪਰ ਦੀ ਘੁੰਮਦੇ ਜਾ ਰਹੇ ਹਾਂ ਆਪਾਂ, ਲੈਫਟ ਮੁੜ ਚੁੱਕੇ ਹਾਂ। ਆ ਸਾਰਾ ਏਰੀਆ ਹੈਗਾ ਆਪਣਾ ਪੋਲੋ ਗਰਾਊਂਡ ਦਾ ਏਰੀਆ ਹੈ,
देख सकते हो ये पोलो ग्राउंड का इंटर का इंटर होल वाला दरवाजा है। राइट मुड़ के चलो राइट हाँ तुम देख सकते हो आ राजा महल आ गया फोर्स खड़ी है उरे फिलहाल अज फोर्स है नहीं गलती लग गई सी रस्ते पता इधर जीपीएस देगा देखो सारा वूमेन कॉलेज है सरकारी है देख सकते हो इधर स्वीट का इधर खुबे बस मोटना पर ना भी आ रहे कवर नहीं होगी एक दम चल बोलना पैंता इधर इधर मुड़ना ही अपने चली चलो 1 किलोमीटर कहाँ है मुड़ना पड़े आ गया रोड गया एक मिनट चलो तो चलो अरे यार
राजे का एरिया है, राजे महल दिखाता देखो ਲੋਕੇਸ਼ਨ ਦੀ ਗੁਰੂ ਘਰ ਜਾਣ ਦੀ ਡੇਰਾ ਬਾਬਾ ਜਸਾ ਸਿੰਘ ਜੀ ਇਹਦੇ ਮਾਰਦੇ ਮੜੇ ਮਾੜੇ ਆਹ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਜਸ ਆਪਣਾ ਇਹ ਸਿਰ ਪੰਪ ਦੇ ਨਾਲ ਆ ਹੁਣ ਆਪਾਂ ਇੰਟਰ ਹੋ ਚੁੱਕੇ ਹਾਂ ਆਪਣੇ ਲੋਕੇਸ਼ਨ ਦੇ ਮੰਚਲ ਦੇ ਪਹੁੰਚ ਚੁੱਕੇ ਹਾਂ ਆਹ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਗੁਰੂ ਸਾਹਿਬ ਦੀ ਬਹੁਤ ਹੀ ਪਿਆਰੀ ਪੁਰਾਣੀ ਪੁਰਾਣੇ ਇੱਕ ਤਰ੍ਹਾਂ ਦਾ ਉਰੇ ਹਿਸਟਰੀ ਦਿਖਾਈ ਗਈ ਆ ਬਹੁਤ ਵਧੀਆ ਲੋਕੇਸ਼ਨ ਆ ਡੇਰਾ ਬਾਬਾ ਜੱਸਾ ਸਿੰਘ ਜੀ ਦੇ ਨਾਮ 'ਤੇ ਗੁਰੂ ਘਰ ਬਣਿਆ ਹੋਇਆ ਕਾਫੀ ਮਸ਼ਹੂਰ ਹੈ ਇੱਧਰ ਖੇਤੀਬਾੜੀ ਦਾ ਕੰਮ ਵੀ ਹੁੰਦਾ ਆਪਣੇ ਆਹ ਦੇਖੋ ਆਹ ਦੇਖੋ ਆਪਾਂ ਉਸ ਸਥਾਨ 'ਤੇ ਪਹੁੰਚ ਚੁੱਕੇ ਹਾਂ ਆਪਾਂ ਤੁਸੀਂ ਦੇਖ ਸਕਦੇ ਹੋ ਕੁੱਕਰ ਬਾਬੇ